ਫੌਜੀ ਦੇ ਘਰ ਵੜ ਕੇ ਫੌਜੀ ਅਤੇ ਉਸਦੇ ਪਰਿਵਾਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਦੋ ਗੁੱਟ ਆਪਸ 'ਚ ਬਹੁਤ ਬੁਰੀ ਤਰ੍ਹਾਂ ਉਲਝਦੇ ਨਜ਼ਰ ਆ ਰਹੇ ਨੇ। ਇੱਕ ਦੂਜੇ ਉੱਤੇ ਡਾਂਗਾ ਸੋਟਿਆਂ ਨਾਲ ਹਮਲੇ ਕੀਤੇ ਜਾ ਰਹੇ ਨੇ। ਇੱਥੋਂ ਤੱਕ ਦੂਜੀ ਧਿਰ ਦੇ ਨੌਜਵਾਨਾਂ ਨੇ ਫੌਜੀ ਦੀ ਪਤਨੀ ਦੇ ਕੱਪੜੇ ਤੱਕ ਫਾੜ ਦਿੱਤੇ ਤੇ ਉਸਦੇ ਮਾਤਾ ਪਿਤਾ ਨਾਲ ਵੀ ਕੁੱਟਮਾਰ ਕੀਤੀ। ਦਰਅਸਲ ਇਹ ਝਗੜਾ ਉੱਚੀ ਆਵਾਜ਼ ਦੇ ਵਿੱਚ ਗਾਉਣੇ ਲਗਾਉਣ ਕਰਕੇ ਹੋਇਆ। ਅੰਮ੍ਰਿਤਸਰ ਦੇ ਮਹਿਤਾ ਦੇ ਪਿੰਡ ਖੱਬੇ ਰਾਜਪੂਤਾਂ ਤੋਂ ਇਹ ਮਾਮਲਾ ਸਾਹਮਣੇ ਹੈ, ਜਦੋਂ ਕਰੀਬ 15 ਨੌਜਵਾਨਾਂ ਨੇ ਫੌਜੀ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਕਾਰਵਾਈ ਦੇ ਨਾਮ ਤੇ ਟਾਲ ਮਟੋਲੇ ਪੁਲਿਸ ਕਰਦੀ ਨਜ਼ਰ ਆਈ ਹੈ। ਮੈਂ ਸਰ ਘਰ 29 ਤਰੀਕ ਨੂੰ ਪੱਲਾ ਸੀ, ਮੇਰੀ ਮਿਸਿਜ ਗਈ ਸੀ ਕਾਲੇ ਕੀ ਮੱਥਾ ਟੇਕਣ, ਸ਼ਾਮਾਂ ਨੂੰ ਆਈ ਹੈ ਅਤੇ ਆ ਗੁਆਂਢੀ ਬੀਬੀ ਸ਼ਰਬਜੀਤ ਕੌਰ, ਇਹਨੇ ਬੰਦੇ ਇਕੱਠੇ ਕਰਕੇ ਮੇਰੇ ਘਰ ਕਲੇਸ਼ ਪਾ ਤਾ, ਮੇਰੇ ਮੈਨੂੰ ਖਿੱਚ ਧੂਈ ਕੀਤੀ, ਮੇਰੀ ਵਾਈਫ ਨੂੰ ਕੀਤੀ ਆ, ਮੇਰਾ ਮਾਈ ਬਾਪੂ ਛਡਾਉਂਦੇ ਸੀ ਅਤੇ ਇਹਨਾਂ ਨੂੰ ਵੀ ਇਹਨਾਂ ਨੇ ਫਿਰ ਇੱਟੇ ਰੋਡੇ ਮਾਰੇ ਆ। ਕਿਉਂ ਕਿਹੜੀ ਗੱਲ ਮਾਰੇ? ਮੈਂ ਆਪਣੇ ਘਰ ਆਹ ਬਰਾਂਡੇ ਦੇ ਵਿੱਚ ਆਪਣੇ ਗਾਣੇ ਲਾਏ ਸੀ ਅਤੇ ਆਉਂਦੀ ਵੀ ਗਾਣੇ ਉੱਚੀ ਆਵਾਜ਼ 'ਚ ਗਾਣਾ ਲਾਉਣਾ ਹੀ ਨਹੀਂ ਤੂੰ ਘਰ 'ਚ। ਹਾਂਜੀ ਸਰ ਕੀਤੀ ਉਸ ਦਿਨ ਰਾਤ ਹੀ 29 ਤਰੀਕ ਨੂੰ। ਪੁਲਿਸ ਆਉਂਦੀ ਵੀ ਬਣਦੀ ਕਾਰਵਾਈ ਕਰਾਂਗੇ ਇਹਨਾਂ 'ਤੇ, ਬਾਕੀ ਇਹਨਾਂ ਨੂੰ ਦੱਸ ਕੇ ਕਿਸੇ ਵੀ ਗਾਣੇ ਤੋਂ ਉਹਦੇ ਆਪਦੇ ਘਰ ਆ ਤੇ ਤੈਨੂੰ ਕੀ ਪ੍ਰੋਬਲਮ ਆਈ, ਤੂੰ ਕਿਉਂ ਇਹੋ ਜਿਹਾ ਕਦਮ ਚੁੱਕਿਆ ਵੀ ਜਿਹੜੇ ਬੰਦੇ ਸੱਦ ਕੇ ਪਵਾਏ ਇਹਨੂੰ? ਕਿੰਨੇ ਬੰਦੇ ਆਏ? ਇਹ ਸਰ ਬੰਦੇ ਤਾਂ 15-16 ਸੀ ਜਿਹੜੇ ਮੇਰੇ ਕੈਮਰੇ ਦੇ ਵਿੱਚ ਰਿਕਾਰਡ ਹੋਏ ਆ, ਬਾਕੀ ਪੂਰੀਆਂ ਗਲੀ ਭਰੀ ਪਈ ਸੀ ਇਹਨਾਂ ਦੇ ਪੂਰੇ ਟੱਬਰ ਦੇ ਨਾਲ। ਮੀਡੀਆ ਦੇ ਕੋਲੋਂ ਮੀਡੀਆ ਕੋਲ ਆਏ ਜੇ ਕਿ ਉਹ ਮੀਡੀਆ ਕੋਲ ਆਉਣ ਦਾ ਕਾਰਨ ਕੀ? ਅਸੀਂ ਸਰ ਇਨਸਾਫ਼ ਦੀ ਮੰਗ ਕਰਦੇ ਹਾਂ ਕਿ ਉਹ ਉਦਣ ਅਸੀਂ ਗਿਆ ਸੀ ਸ਼ਨੀ ਸ਼ੁੱਕਰਵਾਰ ਥਾਣੇ ਅਤੇ ਸਾਡੇ ਖੁਦ ਦੇ ਬੰਦਿਆਂ ਨੂੰ ਥਾਣੇਦਾਰ ਨੇ ਬਾਹਰ ਕੱਢਤਾ ਅਤੇ ਇਹਨਾਂ ਦੇ ਬੰਦੇ ਸਾਰੇ ਵਿਰੋਧੀ ਪਾਰਟੀ ਵਾਲੇ ਅੰਦਰ ਬਿਠਾਏ ਸੀ ਸਾਡੇ 'ਤੇ, ਉਲਟਾ ਇੱਕ ਤਾਂ ਮੇਰੇ ਘਰ ਆ ਕੇ ਕੁੱਟਮਾਰ ਕੀਤੀ ਅਤੇ ਮੇਰੀ ਵਾਈਫ ਦੇ ਵੀ ਕੱਪੜੇ ਪਾੜੇ, ਮੇਰੇ ਪਾੜੇ ਅਤੇ ਅਤੇ ਉਲਟਾ ਮੈਨੂੰ ਦਬਾ ਰਿਹਾ ਥਾਣੇਦਾਰ ਸਾਹਿਬ। ਤੁਹਾਡੇ ਕੋਲ ਕੋਈ ਕੁੱਟਮਾਰ ਦੀ ਵੀਡੀਓ ਹੈਗੀ? ਕੁੱਟਮਾਰ ਦੀ ਸਰ ਉਹੀ ਜਿਹੜੀ ਕੈਮਰੇ 'ਚ ਰਿਕਾਰਡ ਹੋਈ ਆ ਉਹੀ ਆ ਵੀਡੀਓ ਬਸ। ਤੁਹਾਡੇ ਘਰ ਦੇ ਵਿੱਚ ਕੈਮਰੇ ਲੱਗੇ ਹੋਏ ਆ? ਹਾਂਜੀ ਸਰ, ਦੋ ਆ, ਇੱਕ ਬਾਹਰ ਅਤੇ ਇੱਕ ਅੰਦਰ। ਗਲੀ ਦੇ ਵਿੱਚ ਵੀ ਕੁੱਟਮਾਰ ਕੀਤੀ ਗਈ? ਹਾਂਜੀ ਸਰ, ਗਲੀ ਦੇ ਵਿੱਚ ਵੀਡੀਓ ਬਣੀ ਆ, ਬਚੱਤਰ ਸਿੰਘ ਨੇ ਮੇਰੇ ਵਾਲ ਫੜ ਕੇ ਮੈਨੂੰ ਧੂ ਕੇ ਅੰਦਰੋਂ ਬਾਹਰ ਕੱਢਿਆ ਕੱਢਿਆ ਅਤੇ ਮੇਰੀ ਵਾਈਫ ਨੂੰ ਧੂ ਕੇ ਨਾ ਕੈਮਰੇ ਤੋਂ ਪਿਛਲੇ ਪਾਸੇ ਕਰਕੇ ਫੇਕ ਉੱਟਿਆ ਇਹਨਾਂ। ਫੌਜੀ ਦੇ ਘਰ ਵੜ ਕੇ ਫੌਜੀ ਅਤੇ ਉਸਦੇ ਪਰਿਵਾਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਦੋ ਗੁੱਟ ਆਪਸ 'ਚ ਬਹੁਤ ਬੁਰੀ ਤਰ੍ਹਾਂ ਉਲਝਦੇ ਨਜ਼ਰ ਆ ਰਹੇ ਨੇ। ਇੱਕ ਦੂਜੇ ਉੱਤੇ ਡਾਂਗਾ ਸੋਟਿਆਂ ਨਾਲ ਹਮਲੇ ਕੀਤੇ ਜਾ ਰਹੇ ਨੇ। ਇੱਥੋਂ ਤੱਕ ਦੂਜੀ ਧਿਰ ਦੇ ਨੌਜਵਾਨਾਂ ਨੇ ਫੌਜੀ ਦੀ ਪਤਨੀ ਦੇ ਕੱਪੜੇ ਤੱਕ ਫਾੜ ਦਿੱਤੇ ਤੇ ਉਸਦੇ ਮਾਤਾ ਪਿਤਾ ਨਾਲ ਵੀ ਕੁੱਟਮਾਰ ਕੀਤੀ। ਦਰਅਸਲ ਇਹ ਝਗੜਾ ਉੱਚੀ ਆਵਾਜ਼ ਦੇ ਵਿੱਚ ਗਾਉਣੇ ਲਗਾਉਣ ਕਰਕੇ ਹੋਇਆ। ਅੰਮ੍ਰਿਤਸਰ ਦੇ ਮਹਿਤਾ ਦੇ ਪਿੰਡ ਖੱਬੇ ਰਾਜਪੂਤਾਂ ਤੋਂ ਇਹ ਮਾਮਲਾ ਸਾਹਮਣੇ ਹੈ, ਜਦੋਂ ਕਰੀਬ 15 ਨੌਜਵਾਨਾਂ ਨੇ ਫੌਜੀ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਕਾਰਵਾਈ ਦੇ ਨਾਮ ਤੇ ਟਾਲ ਮਟੋਲੇ ਪੁਲਿਸ ਕਰਦੀ ਨਜ਼ਰ ਆਈ ਹੈ। ਮੈਂ ਸਰ ਘਰ 29 ਤਰੀਕ ਨੂੰ ਪੱਲਾ ਸੀ, ਮੇਰੀ ਮਿਸਿਜ ਗਈ ਸੀ ਕਾਲੇ ਕੀ ਮੱਥਾ ਟੇਕਣ, ਸ਼ਾਮਾਂ ਨੂੰ ਆਈ ਅਤੇ ਆ ਗੁਆਂਢੀ ਬੀਬੀ ਸ਼ਰਬਜੀਤ ਕੌਰ, ਇਹਨੇ ਬੰਦੇ ਇਕੱਠੇ ਕਰਕੇ ਮੇਰੇ ਘਰ ਕਲੇਸ਼ ਪਾ ਤਾ, ਮੇਰੇ ਮੈਨੂੰ ਖਿੱਚ ਧੂਈ ਕੀਤੀ, ਮੇਰੀ ਵਾਈਫ ਨੂੰ ਕੀਤੀ ਆ, ਮੇਰਾ ਮਾਈ ਬਾਪੂ ਛਡਾਉਂਦੇ ਸੀ ਅਤੇ ਇਹਨਾਂ ਨੂੰ ਵੀ ਇਹਨਾਂ ਨੇ ਫਿਰ ਇੱਟੇ ਰੋਡੇ ਮਾਰੇ ਆ। ਕਿਉਂ ਕਿਹੜੀ ਗੱਲ ਮਾਰੇ? ਮੈਂ ਆਪਣੇ ਘਰ ਆਹ ਬਰਾਂਡੇ ਦੇ ਵਿੱਚ ਆਪਣੇ ਗਾਣੇ ਲਾਏ ਸੀ ਅਤੇ ਆਉਂਦੀ ਵੀ ਗਾਣੇ ਉੱਚੀ ਆਵਾਜ਼ 'ਚ ਗਾਣਾ ਲਾਉਣਾ ਹੀ ਨਹੀਂ ਤੂੰ ਘਰ 'ਚ। ਹਾਂਜੀ ਸਰ ਕੀਤੀ ਉਸ ਦਿਨ ਰਾਤ ਹੀ 29 ਤਰੀਕ ਨੂੰ।
ਪੁਲਿਸਾਂ ਦੀ ਵੀ ਬਣਦੀ ਕਾਰਵਾਈ ਕਰਾਂਗੇ ਇਹਨਾਂ 'ਤੇ, ਅਤੇ ਬਾਕੀ ਇਹਨਾਂ ਨੂੰ ਦੱਸ ਕੇ ਕਿਸੇ ਵੀ ਗਾਣੇ ਤੋਂ ਉਹਦੇ ਆਪਦੇ ਘਰ ਆ ਅਤੇ ਤੈਨੂੰ ਕੀ ਪ੍ਰੋਬਲਮ ਆਈ, ਤੂੰ ਕਿਉਂ ਇਹੋ ਜਿਹਾ ਕਦਮ ਚੁੱਕਿਆ ਵੀ ਜਿਹੜੇ ਬੰਦੇ ਸੱਦ ਕੇ ਪਵਾਏ ਇਹਨੂੰ? ਕਿੰਨੇ ਬੰਦੇ ਆਏ? ਇਹ ਸਰ ਬੰਦੇ ਤਾਂ 15-16 ਸੀ ਜਿਹੜੇ ਮੇਰੇ ਕੈਮਰੇ ਦੇ ਵਿੱਚ ਰਿਕਾਰਡ ਹੋਏ ਆ, ਬਾਕੀ ਪੂਰੀਆਂ ਗਲੀ ਭਰੀ ਪਈ ਸੀ ਇਹਨਾਂ ਦੇ ਪੂਰੇ ਟੱਬਰ ਦੇ ਨਾਲ। ਅਸੀਂ ਸਰ ਇਨਸਾਫ਼ ਦੀ ਮੰਗ ਕਰਦੇ ਹਾਂ ਕਿ ਉਦਣ ਅਸੀਂ ਗਿਆ ਸੀ ਸ਼ਨੀ ਸ਼ੁੱਕਰਵਾਰ ਥਾਣੇ, ਅਤੇ ਸਾਡੇ ਖੁਦ ਦੇ ਬੰਦਿਆਂ ਨੂੰ ਥਾਣੇਦਾਰ ਨੇ ਬਾਹਰ ਕੱਢਤਾ, ਅਤੇ ਇਹਨਾਂ ਦੇ ਬੰਦੇ ਸਾਰੇ ਵਿਰੋਧੀ ਪਾਰਟੀ ਵਾਲੇ ਅੰਦਰ ਬਿਠਾਏ ਸੀ ਸਾਡੇ 'ਤੇ, ਉਲਟਾ ਇੱਕ ਤਾਂ ਮੇਰੇ ਘਰ ਆ ਕੇ ਕੁੱਟਮਾਰ ਕੀਤੀ, ਅਤੇ ਮੇਰੀ ਵਾਈਫ ਦੇ ਵੀ ਕੱਪੜੇ ਪਾੜੇ, ਮੇਰੇ ਵੀ ਪਾੜੇ, ਅਤੇ ਉਲਟਾ ਮੈਨੂੰ ਦੁਬਾਰਾ ਥਾਣੇਦਾਰ ਸਾਹਿਬ। ਕੁੱਟਮਾਰ ਦੀ ਸਰ ਉਹੀ ਜਿਹੜੀ ਕੈਮਰੇ 'ਚ ਰਿਕਾਰਡ ਹੋਈ ਆ ਉਹੀ ਆ ਵੀਡੀਓ ਬਸ। ਹਾਂਜੀ ਸਰ, ਦੋ ਇੱਕ ਬਾਹਰ ਅਤੇ ਇੱਕ ਅੰਦਰ। ਹਾਂਜੀ ਸਰ, ਗਲੀ ਦੇ ਵਿੱਚ ਵੀਡੀਓ ਬਣੀ ਆ, ਬਚਿੱਤਰ ਸਿੰਘ ਨੇ ਮੇਰੇ ਵਾਲ ਫੜ ਕੇ ਮੈਨੂੰ ਧੂ ਕੇ ਅੰਦਰੋਂ ਬਾਹਰ ਕੱਢਿਆ, ਅਤੇ ਮੇਰੀ ਵਾਈਫ ਨੂੰ ਧੂ ਕੇ ਨਾ ਕੈਮਰੇ ਤੋਂ ਪਿਛਲੇ ਪਾਸੇ ਕਰਕੇ ਫੇਕ ਉੱਟਿਆ ਇਹਨਾਂ।